कैमरा भाई पी सारा को भी हां भाई तो रही नहीं पालो पालो जाओ तूने काल दे होने तो ने चल चिड़िया कार्ड गार्ड मक्खी और कद्दू ਤੁਸੀਂ ਕੀ ਕਹਿੰਦੇ ਡੈਡੀ ਪੈਸਾ ਇੰਪੋਰਟੈਂਟ ਹੈ ਲਾਈਫ 'ਚ ਕਦੇ ਵੀ ਨਹੀਂ ਦੇਖ ਲਾ ਜਸ 68 ਈਸ਼ਰ ਦਰਬਾਰ ਇਹਦਾ ਨਾਮ ਆ ਸ਼ੇਰਾ ਵਰਗੀ ਚੱਕਣੀਆਂ ਸਰਕਾਰ ਤਾਂ ਸਾਡੀ ਆਪਣੀਆਂ ਉੱਤੋਂ ਬੰਦੇ ਨਾਲ ਦੇ ਧਾਕੜਿਆ ਉੱਪਰ ਚਾਵਲੀਆਂ ਲਿਆ ਫੇ ਮੁੰਡਿਆ ਸਨੈਪਚੈਟ ਪਾਈਏ ਤੁਹਾਡੀ ਤੂੰ ਮਵਾ ਖੜਾ ਰਹਿ ਕੋਈ ਗੱਲ ਕਹਿਣੀ ਹੋਵੇ ਤੇ ਇਹ ਉਹੀ ਬੰਦਾ ਆ ਸ਼ਨੀਵਾਰ ਆ ਸ਼ਾਵੇ ਟੰਗਣ ਵਾਲੀਆਂ ਹੁੰਦੀਆਂ ਜੀ ਬਨਾਨਾ ਟੰਗਣ ਵਾਲੀਆਂ ਹੈਂਗਰ ਆ ਹੈ ਉਹ ਮਮਾ ਆ ਕੀ ਦੋ ਬਣੀਆਂ ਨੇ ਤੇਰੀਆਂ ਉਹ ਨਾ ਉਹ ਮਿਕਸ ਹੋ ਗਈਆਂ ਨਵੀਂ ਆ ਨਾ ਰਿਮੋਸ਼ ਕਿੰਨੇ ਲਾਏ ਫਿਰ ਕੱਲ ਹੋਰ $85 ਲਾਤੇ ਭਾਜੀ ਵੇਅਰ ਇਜ਼ ਯੋਰ ਮੋਸ਼ਨ ਹੈ ਵੇਅਰ ਇਜ਼ ਯੋਰ ਮੋਸ਼ਨ ਜੇ ਚ ਪਾਈਆਂ ਤੇ ਪੈਰ ਨਹੀਂ ਲਾਉਣੀਆਂ ਉਹ ਵੇਖ ਲਓ ਭਾਜੀ ਲੱਗਾ ਇਧਰ ਤੁਸੀਂ ਕੰਮ ਨਹੀਂ ਕਰਨਾ ਕੋਈ ਦੇ ਲਓ ਵੇਲੇ कदी बेचारे चुप के उधर कहने करी उधर ताई मना चुप चुप जहा अज की करिया भरावा यार मिठे वाली चाह पीनी पैनी मैनू नींद बड़ी आन दी अज डैडी ने बनाया सच्ची ये मैं जाओ गैबी ने बनाया मैं तो यार खुशी है दैट्स ओनली सही मसाला लाया क्या फिर लोग बाकी तरह का डैडी लाया दैट्स ओनली सही मी फूबर ये बकू बाहर रहा है रोटी बनी कर लेंगे बढ़िया नहीं कोली बनाई जाली बनाई हाल लिस्ट कर दे सर दूध पाता है सारा सारा ਆ ਦੇਖੀ ਟੁੱਟਾ ਬਿਸਕਟ ਮੈਨੂੰ ਦੇ ਦਿੱਤਾ ਗਿਆ ਤਾਂ ਜੈਕ ਕੋਲ ਨਹੀਂ ਕਦੇ ਦਿੱਤਾ ਤਾ ਮੇਰੇ ਆ ਕਹਿੰਦਾ ਕੋਲ ਨਹੀਂ ਆ ਉਹ ਮੈਂ ਤਾਂ ਅੱਗੇ ਕੱਢਣ ਲੱਗਾਇਆ ਵਿੱਚੋਂ ਮੇਰੇ ਦੇਖਿਆ ਵੇ ਨਹੀਂ ਆ ਰਿਹਾ ਉਹਦਾ ਚੱਲ ਮੈਂ ਨਾ ਤੈਨੂੰ ਹਰ ਵਾਰੀ ਤੇਰੀ ਹੁਣ ਮੁੱਛਾਂ ਤੇ ਕਮੈਂਟ ਹੋ ਰਿਹਾ ਪਰ ਕੇਕੜਾ ਬਣ ਗਿਆ ਤੇ ਦੋ ਇੱਥੇ ਆ ਕਿੱਥੋਂ ਨਿਕਲਦੇ ਆ ਕਿੱਥੋਂ ਨਿਕਲਦੇ ਆ ਇਹਦਾ ਕੇਕੜਾ ਬੈਠਾ ਹੁੰਦਾ ਮੁੱਛਾਂ ਤੇ ਨਿਕਲ ਕਟਾਇਆ ਨਹੀਂ ਇਦਾਂ ਮਾਰਿਆ ਨਾ ਜਿਹੜੇ ਮੁੱਛੇ ਜਿਹੜੇ ਰੱਖੀ ਆ ਨਾ ਉਹਨੂੰ ਪਤਾ ਹੈ ਕਿਉਂ ਰੱਖੀ जट दी नहीं एक ना हुंदा ना जट दी मोच डब्ल्यू वर्गी एदी केड़ी जट दी मोच केकड़े वर्गी अच्छा केकड़ा ओ वाला जड़ा मुच भी जांदा आहो चार चार बणदियां लत्तां ही बणियां ना आ देखो रोटी पानी खा के हुण असीं भांड्यां दा रौला पै गया आ बिग शो वांगू साइड ते कड्डी आ इन्ना कुछ पाया जम्मू आ जम्मू आ देखी कदर बन्नी आ चल चिड़िया कार्ड गार्ड मक्खी और कद्दू
ਰਾਤੀ ਨਾ ਮੈਂ ਵਲੌਗ ਨੂੰ ਲੈ ਕੇ ਪਹਿਲਾਂ ਵਲੌਗ ਐਡਿਟ ਕਰਦਾ ਰਿਹਾ ਕੱਲ ਸਾਰਾ ਦਿਨ ਰਾਤੀ ਵੀ ਸਵੇਰੇ ਵੀ ਦੁਪਹਿਰੇ ਆਪਾਂ ਬਣਾਉਂਦੇ ਰਹੇ ਹੈ ਨਾ ਉੱਥੇ ਜਾ ਕੇ ਤਾਂ ਮੈਂ ਨਾ ਓਵਰ ਐਕਸਾਈਟਡ ਹੋ ਗਿਆ ਮੇਰੇ ਮਨ ਦੇ ਵਿੱਚ ਉਹ ਆਈਡੀਆਜ਼ ਆਉਣ ਇੱਦਾਂ ਆਹ ਚੀਜ਼ ਕਰ ਸਕਦੇ ਹਾਂ ਉਹ ਚੀਜ਼ ਕਰ ਸਕਦੇ ਹਾਂ ਜਦੋਂ ਨਾ ਮੈਂ ਜ਼ਿਆਦਾ ਓਵਰ ਐਕਸਾਈਟਡ ਹੋ ਜਾਵਾਂ ਤਾਂ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਇਨ ਅ ਗੁੱਡ ਵੇ ਨੋਟ ਇਨ ਅ ਬੈਡ ਵੇ ਕਿ ਮੈਨੂੰ ਨੀਂਦ ਨਹੀਂ ਆ ਰਹੀ ਵੀ ਮੈਂ ਪਤਾ ਨਹੀਂ ਕੀ ਹੋਇਆ ਜੀ ਵਧੀਆ ਪੋਜ਼ਿਟਿਵ ਵੇ ਦੇ ਵਿੱਚ ਮੈਨੂੰ ਇੱਦਾਂ ਨੀਂਦ ਨਹੀਂ ਆ ਰਹੀ ਫਿਰ ਮੈਂ ਜਦੋਂ ਇੰਡੀਆ ਕਿਤੇ ਮਾਮਿਆਂ 'ਤੇ ਜਾਣਾ ਹੁੰਦਾ ਜੀ ਨਾ ਉਦੋਂ ਵੀ ਇੱਦਾਂ ਹੀ ਹੁੰਦਾ ਜੀ ਕਈ ਵਾਰੀ ਬਾਹਲਾ ਹੀ ਜ਼ਿਆਦਾ ਐਕਸਾਈਟਮੈਂਟ ਓਵਰ ਐਕਸਾਈਟਮੈਂਟ ਹੋ ਜਾਣੀ ਮੁੜ ਕੇ ਨੀਂਦ ਨਹੀਂ ਆਉਣੀ ਇਹ ਚੱਕਰ ਹੋਣਾ ਪਿਆ ਚੱਲ ਮੈਂ ਹੁਣ ਧੋਵਾਂ ਭਾਂਡੇ ਉਹ ਗੁਰਪ੍ਰੀਤ ਲੱਗਾ ਟਰੱਕ ਧੋਣ ਕੰਮ ਖਤਮ ਹੋ ਗਿਆ ਚੱਲਦੇ ਹਾਂ ਹੁਣ ਘਰੇ ਅਤੇ ਟਾਈਮ ਨਾਲ ਖਤਮ ਹੋ ਗਿਆ ਦੇਖਦੇ ਜੇ ਕਿਤੇ ਗੁਰਦੁਆਰੇ ਜਾਇਆ ਜਾਂਦਾ ਤਾਂ ਅੱਜ ਜਾ ਆਉਂਦੇ ਹਾਂ ਡੈਡੀ ਨੂੰ ਘੁੰਮਾ ਫਿਰਾ ਲਿਆਉਂਦੇ ਹਾਂ ਚੰਗਾ ਫਿਰ ਚੱਲਿਆ ਚੱਲਿਆ ਬਾਏ ਪਾ ਜੀ ਚੰਗਾ ਪਾ ਜੀ ਵਧੀਆ ਪਾ ਜੀ ਵਧੀਆ ਵਧੀਆ ਇਹਨੂੰ ਪੰਜਾਬੀ ਸਿਖਾ ਲਈ ਦੇਖੋ ਇਹਨੂੰ ਪੰਜਾਬੀ ਸਿਖਾ ਲਈ ਅਸੀਂ ਇਹ ਹੈਗਾ ਉੱਦਾਂ ਸਮੂਹ ਆ ਇੱਥੇ ਆਈਲੈਂਡ ਹੈ ਇੱਕ ਸਮੂਹ ਆ ਜਿੱਥੇ ਦਾ ਰੌਕ ਨਹੀਂ ਗਾ ਰੌਕ ਦਾ ਡਵੇਨ ਜੌਨਸਨ ਐਕਟਰ ਉੱਥੇ ਦਾ ਆ ਇਹ ਦੇਖ ਲਓ 60 ਸਾਲਾਂ ਦਾ ਬੁੱਢਾ ਆਇਆ ਲੱਗਦਾ ਦੇਖ ਲਓ ਇਹ ਐਂ ਜਵਾਨ ਪਿਆ ਅਜੇ ਡੈਡੀ ਕਿੱਦਾਂ ਫਿਰ ਠੀਕ ਠਾਕ ਆ ਦੱਸਿਆ ਕਿੱਦਾਂ ਫਿਰ ਫੈਟਿਆ ਉਹ ਲਾਈਟਾਂ ਦੇ ਤਾਂ ਜਗਦੀਆਂ ਆ ਜੀ ਕਿਹਦੀਆਂ ਆਪਣੀ ਗੱਡੀ ਦੀਆਂ ਜਗਦੀਆਂ ਉਹ ਉੱਧਰ ਆ ਅੱਛਾ ਮੈਂ ਇੱਧਰ ਦੇਖੀ ਦਿਨੇ ਦਿਨੇ ਕਰਕੇ ਥੋੜਾ ਜਿਹਾ ਚਾਨਣ ਪੈਂਦਾ ਬਾਹਰੋਂ ਤਾਂ ਕਰਕੇ ਘੱਟ ਲੱਗਦਾ ਟਾਈਮ ਹੋ ਗਿਆ 5:28 ਹੱਥ ਖੋਲਤਾ ਹੈ ਛੱਤ ਜੀ ਹੋਰ ਨਹੀਂ ਖੋਲਦੀ ਉਹ ਉੱਪਰੋਂ ਉਹ ਭਰਾਵਾ ਇਹ ਨਹੀਂ ਖੋਲਦੀ ਇਹ ਮੂਨ ਵਾਲੀ ਆ ਹਾਂ ਤੇ ਆਹ ਤਾਂ ਖੋਲ ਪੜਦੇ ਏਦਾਂ ਨਹੀਂ ਕਿੱਦਾਂ ਖੋਲਣੀ ਉਹ ਉੱਥੇ ਹੋਰ ਆਹ ਨਹੀਂ ਅਗਲਾ ਅਗਲਾ ਹਾਂ 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 ਨੱਪ ਨੱਪ ਇਹਨੂੰ ਤਾਂ ਕਹਿ ਰਿਹਾ ਸੀ ਜਦੋਂ ਬਟਨ ਤੋਂ ਖੋਲਣੀ ਅਨਪੜ ਜਨਤਾ ਆਇਆ ਇਹ ਤਾਂ ਉਹ ਜੇ ਤਾਂ ਪਤਾ ਕੀ ਆ ਮੇਰੇ ਵਾਲੀ ਦੀ ਆ ਪੂਰੀ ਕੀ ਕਹਿੰਦਾ ਸੀ ਮੈਂ ਉਦਣ ਤੂੰ ਕਹਿ ਕੇ ਹਟਿਆ ਵੀ ਪੈਸਾ ਨਹੀਂ ਸਾਰਾ ਕੁਛ ਇਨਸਾਨੀਅਤ ਤੇ ਇਦਾਂ ਆ ਤਾਂ ਹੁਣ ਹੁਣ ਤੈਨੂੰ ਪੈਸਾ ਦਿਸਣ ਡਿਆ ਸਾਰਾ ਕੁਛ ਦੇਖੋ ਅੰਕਲ ਜੀ ਅੰਕਲ ਜੀ ਕੀ ਗੱਲ ਹੁਣ ਆਪਾਂ ਚਲੋ ਕੋਈ ਸਮਾਨ ਲੈਣ ਜਾਣਾ ਅਗਲੇ ਨੇ ਆਪਣੀ ਇਨਸਾਨੀਅਤ ਨਹੀਂ ਦੇਖਣੀ ਉਹਨੇ ਕਹਣਾ ਮੈਨੂੰ ਪੈਸੇ ਦੇ ਸਮਾਨ ਲੈ ਸਮਾਨ ਜੋਗੇ ਤਾਂ ਆਪਣੇ ਤਾਂ ਪੈਸੇ ਹੈਗੇ ਹੀ ਆ ਹੈ ਅੰਕਲ ਜੀ ਸਮਾਨ ਜੋਗੇ ਦੜੀ ਪੈਸੇ ਹੈਗੇ ਹੀ ਆ ਸਾਡੇ ਤਾਂ ਹੁਣ ਹੁਣ ਇਹਨੂੰ ਲੋਟੋ ਨਿਕਲਣੇ ਨੋਟੋ ਦੇ ਇਹ ਹੁਣ ਸਮਾਨ ਤੋਂ ਵੱਧ ਮੈਂ ਘਰ ਲੈਣਾ ਹੋਵੇ ਹਾਂ ਅਗਲੇ ਨੂੰ ਮੈਂ ਕੀ ਕਹੂੰ ਮੈਂ ਬਹੁਤ ਵਧੀਆ ਅਰੇ ਕੱਲ ਕਹਿ ਗਿਆ ਪਰਸੋਂ ਚੌਥ ਕਹਿ ਗਿਆ ਟਿਆ ਯਾਰ ਘਰ ਨਹੀਂ ਲੈਣਾ ਚਾਹੀਦਾ ਬੰਦੇ ਨੂੰ ਹਨਾ ਜੇਲ੍ਹ ਹੋ ਜਾਂਦੀ ਆ ਇਹਦਾ ਕੋਈ ਕੋਈ ਜੇਲ੍ਹ ਮੈਂ ਤਾਂ ਕਿਹਾ ਮੈਂ ਜੇਲ੍ਹ ਲਗਾਈ ਤੂੰ ਕਿਹਾ ਵੀ ਬੰਦਾ ਵੱਜ ਜਾਂਦਾ 30 ਸਾਲਾਂ ਲਈ ਤੂੰ ਕਿਹਾ ਯਾਰ ਜੇਲ੍ਹ ਹੋ ਜਾਂਦੀ ਆ ਤੇ ਮੈਂ ਤਾਂ ਫਿਰ ਕਿਹਾ ਹੀ ਆ ਫਿਰ ਮੈਂ ਤਾਂ ਖੜਾ ਹੀ ਆ ਉਸ ਚੀਜ਼ ਲਈ ਵੀ ਮੈਂ ਕਹਿੰਦਾ ਪੈਸਾ ਇੰਪੋਰਟੈਂਟ ਨਹੀਂ ਗਾ ਇੰਨਾ ਜੀ ਦੇਖੋ ਹੁਣ ਆਪਾਂ ਕੋਈ ਚੀਜ਼ ਲੈਣੀ ਆ ਤੇਲ ਪਹੁੰਚ ਜਾਣਾ ਕੁਝ ਕਰਨਾ ਉਹ ਤਾਂ ਕੰਮ ਕਰਦਾ ਹੀ ਆ ਚੱਲ ਮੈਂ ਜੇ ਘਰ ਲੈਣਾ ਹੋਵੇ ਫਿਰ ਲੈ ਹੁਣ ਤੂੰ ਘਰ ਲੈਣਾ ਤਾਂ ਫਿਰ ਮਿਹਨਤ ਕਰਕੇ ਲੈ ਲੈ ਜ਼ਰੂਰੀ ਲੋਟੋ ਪਾ ਕੇ ਲੈਣਾ ਇਹ ਬੰਦਾ ਬੜਾ ਵਧੀਆ ਇਹਨੂੰ ਮੈਂ ਤਾਂ ਉਦੀ ਦੇ ਦੇਣਾ ਮੈਂ ਦੇਖ ਪਹਿਲੀ ਗੱਲ ਤਾਂ ਇਹ ਆ ਕਿ ਨਹੀਂ ਪੈਸਾ ਵੀ ਜ਼ਰੂਰੀ ਹੈ ਨਾ ਅੰਕਲ ਜੀ ਜ਼ਰੂਰੀ ਹੈ ਅੱਜ ਹਨਾ ਮੈਂ ਇਹੀ ਗੱਲ ਉਹ ਡੈਡੀ ਸਰ ਤੁਹਾਡੀ ਉਮਰ ਦਾ ਹੀ ਆ ਬੰਦਾ ਉਹ ਮੋਰੀ ਆ ਹਾਂ ਉਹ ਮੈਨੂੰ ਦੱਸਦਾ ਸੀਗਾ ਸੱਚ ਅੱਜ ਕਹਿੰਦਾ ਬਈ ਮੈਂ ਕਿਹਾ ਹੁਣ ਤੂੰ 63 ਸਾਲਾਂ ਦਾ ਹੋ ਗਿਆ ਤੇ ਮੈਂ ਕਿਹਾ ਤੂੰ ਕਦੀ ਵੀ ਤੂੰ ਕਦੀ ਅੱਜ ਤੱਕ ਸੈਟੀਸਫਾਈ ਹੋਇਆ ਪੈਸੇ ਨੂੰ ਲੈ ਕੇ ਕਹਿੰਦਾ ਨਹੀਂ ਮੈਂ ਕਿਹਾ ਬਸ ਠੀਕ ਆ ਫਿਰ ਮੈਂ ਕਿਹਾ ਹੁਣ ਪੈਸਿਆਂ ਨੇ ਸੈਟੀਸਫੈਕਸ਼ਨ ਆਉਣੀ ਨਹੀਂ ਗੀ ਜਸ ਤੈਨੂੰ ਲੋਟੋ ਵੀ ਨਿਕਲ ਆਈ ਹੈ ਨਾ 13 million ਦੀ ਉਹ ਵੀ ਇੱਕ ਦਿਨ ਆਪਣੇ ਤੋਂ ਪੈਸਾ ਉਹ ਵੀ ਖਾਲੀ ਹੋ ਜਾਣਾ ਚੱਲ ਨਹੀਂ ਵੀ ਖਾਲੀ ਹੋਣਾ ਤੂੰ ਕਹਿਣਾ ਹੁਣ ਪੈਸੇ ਨੂੰ ਪੈਸਾ ਖਿੱਚਦਾ ਹੋਰ ਆਵੇ 13 million ਤਾਂ ਹੁਣ ਮੈਂ ਕਹਿਣਾ 15 ਬਣਾਵਾਂ ਤਾਂ 15 ਤੋਂ ਕਹਿਣਾ 17 ਬਣਾਵਾਂ ਮੈਂ ਨਹੀਂ ਕੀ ਨਹੀਂ ਹਾਂ ਹੂੰ ਹੂੰ ਗੀ ਹੂੰ ਇੱਕ ਬੰਦੇ ਦਾ ਅੰਕਲ ਜੀ ਜਦੋਂ ਘਰ ਆ ਗਿਆ ਬੰਦਾ ਚੁੱਪ ਕਰਕੇ ਪੈ ਜਾਂਦਾ ਜਸ ਤੂੰ ਇਹ ਦੇਖ ਜਦੋਂ ਆਪਾਂ ਇੰਡੀਆ ਹੁੰਦੇ ਸੀ ਆਪਾਂ ਕਹਿੰਦੇ ਹੁੰਦੇ ਸੀ ਇੱਕ ਵਾਰੀ ਹਨਾ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਜੇ ਫੇ ਆ ਲੱਗ ਗਿਆ ਕਿ ਨਹੀਂ ਫੇ ਯਾਰ ਸਟੱਡੀ ਕੰਪਲੀਟ ਹੋ ਜਾਵੇ ਸਟੱਡੀ ਉਹ ਸਟੱਡੀ ਬੜਾ ਔਖਾ ਕੰਮ ਆ ਇੱਥੇ ਚੰਗਾ ਵੀ ਬੰਦਾ ਕੰਮ ਕਰੇ ਕੰਮ ਵੀਜ਼ਾ ਆ ਜਾਵੇ ਇੱਕ ਵਰਕ ਵੀਜ਼ਾ
ਤੂੰ ਦੇਖ ਲੈ ਕਿੰਨੇ ਧੱਕੇ ਖਾਧੇ ਵਰਕ ਵੀਜ਼ੇ ਲਈ, ਕਿੰਨਾ ਕੁਛ ਕੀਤਾ। ਹੁਣ ਤੇਰਾ ਮਸੀਂ ਆਇਆ ਸੀ ਤੇਰਾ, ਤੈਨੂੰ ਫਿਰ ਅਸੈਂਸ਼ੀਅਲ ਸਕਿੱਲ ਪਾਇਆ, ਫਿਰ ਤੂੰ ਕਹਿੰਦੇ ਹੁਣ ਪੀ ਆਰ ਆ ਜਾਏ, ਕਿੰਨੀ ਟੈਨਸ਼ਨ ਸੀ। ਉਹ ਇਹ ਆ ਵੀ ਭੁੱਖ ਬੰਦੇ ਦੀ ਵੱਧਦੀ ਜਾਂਦੀ ਆ, ਸੈਟੀਸਫੈਕਸ਼ਨ ਨਹੀਂ ਆਉਣੀ, ਨਹੀਂ ਆ ਜਾਂਦੀ ਆ ਯਾਰ। ਮੈਂ ਦੇਖਦਾ ਤੈਨੂੰ ਕਦੋਂ ਆਉਂਦੀ ਆ। ਬੰਦੇ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਕਦੀ ਵੀ। ਕਹਿੰਦੇ ਡੈਡੀ ਤੁਸੀਂ ਕੀ ਕਹਿੰਦੇ, ਡੈਡੀ ਪੈਸਾ ਇੰਪੋਰਟੈਂਟ ਆ ਲਾਈਫ 'ਚ? ਕਦੇ ਵੀ ਨਹੀਂ। ਦੇਖ ਲਾ ਜਸ, ਸਿਆਣੇ ਬੰਦੇ ਦੇ ਖਾ, ਸਿਆਣੇ ਦਾ ਕਿਹਾ ਤੇ ਔਲਿਆਂ ਦਾ ਖਾਧਾ, ਮੁੜ ਕੇ ਪਤਾ ਲੱਗਦਾ ਹੁੰਦਾ। ਕਦੇ ਵੀ ਬੰਦਾ ਸੈਟੀਸਫਾਈ ਨਹੀਂ ਹੁੰਦਾ ਪੈਸੇ ਤੋਂ, ਪੈਸੇ ਤੋਂ। ਜਦੋਂ ਇੱਕ ਬੰਦੇ ਕੋਲ $100 ਆ ਜੇ, ਕਹਿਣਾ ਇਹ ਹੁਣ 1000 ਹੋਏ, 1000 ਤੋਂ ਹੁਣ 1,00,000 ਚਾਹੀਦਾ, 1,00,000 ਤੋਂ 10,00,000 ਚਾਹੀਦਾ, ਫਿਰ ਹੌਲੀ ਹੌਲੀ ਭੁੱਖ ਵੱਧਦੀ ਜਾਂਦੀ ਆ। ਦੇਖ ਲਾ ਜਸ, ਡੈਡੀ ਉਹ ਬੰਦੇ ਆ ਜਿਨ੍ਹਾਂ ਨੇ ਕਿੰਨੇ ਸਾਲ ਜਿਹੜੀ ਹੋ ਗਿਆ ਤੁਹਾਨੂੰ, ਮੈਨੂੰ ਲੱਗਦਾ ਹੁਣ 63 ਦੇ ਹੋ ਗਏ ਆ ਤੁਸੀਂ, 43 ਸਾਲ ਨੌਕਰੀ ਕੀਤੀ ਦੇਖ ਲਓ, ਹੈ ਨਾ ਇੱਕ ਹਿਸਾਬ ਦੀ। ਫਿਰ ਭੈਣਾਂ ਦੇ ਵਿਆਹ ਵੀ ਕੀਤੇ, ਘਰ ਵੀ ਬਣਾ ਤਾ, ਹੁਣ ਹੁਣ ਤੁਸੀਂ ਹੁਣ ਤੱਕ ਵੀ ਇਹ 63 ਦੇ ਹੋ ਗਏ, ਹੁਣ ਤੁਸੀਂ ਇਹ ਚੀਜ਼ ਰਿਅਲਾਈਜ਼ ਕਰ ਰਹੇ ਵੀ ਪੈਸਾ ਚਲੋ ਠੀਕ ਆ ਵੀ ਲੋੜਾਂ ਹੈਗੀਆਂ ਠੀਕ ਆ, ਪਰ ਆਪਣੀ ਫੈਮਿਲੀ ਫੁਮਲੀ ਜਾਂ ਹੋਰ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਆ, ਹੈ ਨਾ ਇਹ ਚੀਜ਼ ਨਾਲੋਂ। ਹੁਣ ਜਸ ਹੁਣ ਕੀ ਕਹਿਣਾ ਚਾਹੂੰਗਾ ਤੂੰ, ਹੁਣ ਤਾਂ ਡੈਡੀ ਵੀ ਨਹੀਂ ਤੇਰੀ ਸਾਈਡ। ਨਹੀਂ ਸਾਈਡ ਦੀ ਗੱਲ ਨਹੀਂ ਹੈਗੀ, ਗੱਲ ਇਹ ਕਿ ਜਦੋਂ ਤੱਕ ਜਿਹੜੀ ਚੀਜ਼ ਤੁਸੀਂ ਚਾਹੁੰਦੇ ਉਹ ਨਹੀਂ ਮਿਲਦੀ, ਉਦੋਂ ਤੱਕ ਤਾਂ ਬੰਦਾ ਭੱਜਿਆ ਰਹਿੰਦਾ ਹੈ। ਯਾਰ ਮੈਂ ਨਾ ਇੱਕ ਦਿਨ ਸੁਣਿਆ ਇੱਕ ਉਹ ਚਾਜਰਾ ਵਿਚਾਰ ਨਹੀਂ ਆਉਂਦਾ, ਹਰਮਨ ਥਿੰਦ ਸੀਗੀ, ਬਈ ਜਦੋਂ ਜਿਹੜੀ ਚੀਜ਼ ਜਾਂ ਤਾਂ ਤੁਹਾਡੇ ਤੋਂ ਗਵਾਚ ਜਾਵੇ ਜਾਂ ਤੁਹਾਡੇ ਤੋਂ ਨਹੀਂ ਹੁੰਦੀ ਹੈ ਨਾ, ਉਹਦਾ ਕਹਿੰਦੀ ਮੁੱਲ ਜ਼ਿਆਦਾ ਹੁੰਦਾ ਜਿਹੜੀ ਤੁਹਾਡੇ ਤੋਂ ਹੈਗੀ ਆ ਚੀਜ਼ ਦਾ ਮਤਲਬ। ਫੋਰ ਹਾਂ, ਫੋਰ ਐਗਜ਼ਾਮਪਲ ਹੁਣ ਜਿੱਦਾਂ ਕੁਛ ਵੀ ਆ, ਮੰਮੀ ਹੀ ਹੈ ਨਾ, ਮੰਮੀ ਉਦੋਂ ਚਲੋ ਕਦਰ ਤਾਂ ਮਾਂ ਦੀ ਹੁੰਦੀ ਹੁੰਦੀ ਆ, ਪਰ ਉਦੋਂ ਜ਼ਿਆਦਾ ਪੈਂਦੀ ਚਲੋ ਫਿਰ ਨਹੀਂ ਹੈਗੀ, ਹੁਣ ਫਿਰ ਪਤਾ ਲੱਗਦਾ। ਹੁਣ ਡੈਡੀ ਨੂੰ ਵੀ ਇੱਦਾਂ ਹੀ, ਘਰ ਵਾਲੀ ਸੀਗੀ ਚੱਲ ਪਤਾ ਸੀ ਵੀ ਚੱਲ ਹੈਗੀ ਆ, ਕੋਈ ਗੱਲ ਨਹੀਂ ਘਰ ਸਾਂਭਿਆ, ਅੱਜ ਨਾ 2-4 ਦਿਨ ਗੱਲ ਹੋਊਗੀ ਚੱਲ ਤਾਂ ਵੀ ਕੋਈ ਨਹੀਂ। ਫਿਰ ਹੁਣ ਹੁਣ ਜਦੋਂ ਹੁਣ ਫਿਰ ਬੰਦਾ ਫਿਰ ਮੁੜ ਕੇ ਦੇਖਦਾ ਯਾਰ, ਫਿਰ ਹੁਣ ਜਦੋਂ ਵੇਲਾ ਲੰਘ ਜਾਂਦਾ ਹੱਥੋਂ ਫਿਰ ਦੇਖਦਾ ਵੀ ਆ ਹੁਣ ਕੀ, ਹੁਣ ਬੜਾ ਇਹ ਕਿੱਡੀ ਵੱਡੀ ਸੱਟ ਆ। ਚਲੋ ਕੰਮ ਛੱਡ ਕੇ ਵੀ ਮੈਂ ਚੱਲ ਗਿਆ ਸੀ ਇੱਥੋਂ। ਆਹੋ ਚਲ ਤੁਸੀਂ ਤਾਂ ਲੱਗੇ ਰਹਿੰਦੇ ਸੀ ਉਦੋਂ ਆਪਣੇ ਜਿਹੜਾ ਹੋਸਪਿਟਲ ਸੀ ਲੁਧਿਆਣੇ ਉੱਥੇ। ਓ ਨਹੀਂ ਨਹੀਂ ਉਹ ਸੀਗਾ ਹਾਰਟ ਹੁੱਕ ਸਪੈਸ਼ਲ ਸੀਗਾ, ਗਲੋਬਲ ਹਾਰਟ, ਗਲੋਬਲ ਹਾਰਟ। ਹਾਂ ਇਹ ਤਾਂ ਉਹ ਤਾਂ ਜਲੰਧਰ ਵਾਲਿਆਂ ਨੇ ਤਾਂ ਜਵਾਬ ਜਿਹਾ ਦੇ ਦਿੱਤਾ ਸੀਗਾ ਉਦੋਂ ਜਦੋਂ ਮੈਂ ਗਿਆ ਸੀ ਨਾ। ਉਹ ਦੂਜੀ ਵਾਰੀ ਗਏ ਉੱਥੋਂ ਜਦੋਂ। ਇਹ ਹੋਸਪਿਟਲ ਅੰਕਲ ਪਹਿਲਾਂ ਹੁੰਦਾ ਸੀ, ਹੁਣ ਅੱਜ ਕੱਲ੍ਹ ਨੂੰ ਯਕੀਨ ਹੈਗਾ ਇਹਨਾਂ ਦਾ, ਅਤੇ ਮਤਲਬ ਯਕੀਨ ਮਤਲਬ ਕਿ 100 ਵਿੱਚੋਂ 60% ਕੰਮ ਕਰਦੇ ਆ, 40% ਇਹਨਾਂ ਨੂੰ ਪੈਸੇ ਦਾ ਹੀ ਹੁੰਦਾ। ਉਹ ਯਾਰ ਇਹ ਤਾਂ ਕਸਟਮਰ ਸਮਝਦੇ ਆ ਹੁਣ, ਬਸ ਇਹਨਾਂ ਨੂੰ ਤਾਂ ਪੈਸੇ। ਨਹੀਂ ਅੱਜ ਕੱਲ੍ਹ ਇਹ ਸਿਸਟਮ ਆ, ਪਤਾ ਜਸ ਕੀ ਚੱਕਰ ਆ, ਅਮੈਰੀਕਾ ਦੀ ਗੱਲ ਆ। ਅਮੈਰੀਕਾ ਦੇ ਵਿੱਚ ਜਦੋਂ ਨਾ ਪ੍ਰਾਈਵੇਟ ਸੀਗੇ ਹੋਸਪਿਟਲ, ਉਹਨਾਂ ਉਹ ਹੁਣ ਉਹਨਾਂ ਨੂੰ ਹੁੰਦਾ ਸੀ ਪੈਸਾ ਕਮਾਵੇ, ਪੈਸਾ ਕਮਾਈਏ, ਅਤੇ ਜਿੰਨਾ ਪੈਸਾ ਕਮਾ ਹੁੰਦਾ ਕਮਾਉਂਦੇ ਸੀ। ਮੁੜ ਕੇ ਉਹਨਾਂ ਨੇ ਸਾਰੇ ਪਬਲਿਕ ਕਰਤੇ, ਮਤਲਬ ਗੌਰਮੈਂਟ ਨੇ ਆਪਣੇ ਥੱਲੇ ਲੈ ਲਿਆ ਹੁਣ ਉਹ ਸਾਰਾ ਸੈਕਟਰ। ਹੁਣ 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 ਕਿੱਥੋਂ ਕਮਾਉਣਾ ਪੈਸਾ? ਹੁਣ ਹੁਣ ਜਦੋਂ ਪਤਾ ਆ ਵੀ ਪੱਕੀ ਤਨਖਾਹ ਆਈ ਜਾਣੀ ਗੌਰਮੈਂਟ ਵੱਲੋਂ, ਗੌਰਮੈਂਟ ਦੇ ਅੰਡਰ ਆ ਸਾਰਾ ਕੁਛ, ਫਿਰ ਸਹੀ ਹੁੰਦਾ ਕੰਮ। ਹੁਣ ਆਪਣੇ ਗੌਰਮੈਂਟ ਵਾਲੇ ਜਿਹੜੇ ਆ ਉੱਥੇ ਜਾ ਨਹੀਂ ਸਕਦਾ ਬੰਦਾ, ਉੱਥੇ ਹੋਸਪਿਟਲਾਂ ਦੇ ਬਾਥਰੂਮ ਚੈੱਕ ਕਰ ਲਿਓ ਜਾ ਕੇ, ਉੱਥੇ ਲੰਮੇ ਕਿੱਦਾਂ ਪਏ ਆ ਨਾ ਮਰੀਜ਼। ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਆ ਲਾਈਫ 'ਚ? ਬੰਦੇ ਨੂੰ ਚਾਹੀਦੀ ਸ਼ਾਂਤੀ ਰੱਖਣੀ ਚਾਹੀਦੀ ਆ, ਪੇਸ਼ੈਂਸ ਹੈ ਨਾ, ਪੇਸ਼ੈਂਟ ਸਬਰ। ਸ਼ਾਂਤੀ ਮਤਲਬ ਜਿਹੜੀ ਸ਼ਾਂਤੀ ਜਿਹੜੀ ਆਪਣੇ ਇੰਡੀਆ ਕੰਮ ਕਰਦੀ ਸੀ, ਸਬਰ ਸਬਰ ਸੰਤੋਖ ਦੇ ਨਾਲ ਖਾ ਲਿਆ ਕਹਿੰਦਾ ਜਿਹੜਾ। ਤੇਰੇ ਲਈ ਜਸ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਆ? ਮੈਨੂੰ ਹੈ ਨਾ ਜਿੱਦਾਂ ਕੁਆਇਟ ਏਅਰ, ਕੁਆਇਟ ਏਅਰ ਨਹੀਂ ਹੁੰਦਾ, ਉੱਥੇ ਰਹਿਣਾ ਵਧੀਆ ਲੱਗਦਾ, ਮਤਲਬ ਪੀਸ ਸ਼ਾਂਤੀ। ਸੇਮ ਡੈਡੀ ਵਾਲੇ ਮੇਰੇ ਹਿਸਾਬ ਨਾਲ, ਮੈਨੂੰ ਲੱਗਦਾ ਵੀ ਸਿਹਤ ਜ਼ਿਆਦਾ ਇੰਪੋਰਟੈਂਟ ਆ, ਸਿਹਤ ਤੋਂ ਉੱਤੇ ਕੋਈ ਚੀਜ਼ ਨਹੀਂ।
ਬਾਕੀ ਚਲੋ ਮੈਂਟਲ ਪੀਸ ਤਾਂ ਹੈ ਹੀ ਹੈ ਨਾ ਜਿਹੜੀ ਪੀਸ ਜਿਹੜੀ ਸ਼ਾਂਤੀ ਤਾਂ ਹੈ ਹੀ ਹੈ ਸਿਹਤ ਨਾ ਹੋਊਗੀ ਤਾਂ ਕੁਛ ਵੀ ਨਹੀਂ ਗਾ ਸਾਰਾ ਹੁਣ ਜੇ ਹੁਣ ਪੈਸੇ ਜੇ ਆਪਣੇ ਤੋਂ ਹੈ ਨਾ $20,000 ਵੀ ਆ ਤਾਂ ਉਹ ਕੋਈ ਲੈ ਵੀ ਲਵੇ ਅੱਜ ਤਾਂ ਬੰਦਾ ਸਿਹਤ ਠੀਕ ਹੋਵੇ ਕੱਲ੍ਹ ਨੂੰ ਫਿਰ ਕਮਾ ਲਾਂਗੇ ਜਦੋਂ ਸਿਹਤ ਨਹੀਂ ਠੀਕ ਫਿਰ ਕਿੱਥੋਂ ਕਮਾ ਲਊਗਾ ਟਾਈਮ ਤੇ ਉਹ ਹੁਣ ਤੂੰ ਇਹ ਆ ਹੁਣ ਜਿਹੜੇ 40 ਸਾਲ ਇੰਨੀ ਮਿਹਨਤ ਕਰਕੇ ਮੁੜ ਕੇ 40 ਸਾਲ ਤੋਂ ਬਾਅਦ ਗੋਲੀਆਂ ਆਪਣੇ 'ਤੇ ਖਾਣ ਕੇ ਲਾਉਣੀਆਂ ਆ ਉਹ ਜਦੋਂ ਘਰੇ ਬਹਿਣਾ ਪੈਣਾ ਫਿਰ ਆਪਣੇ 'ਤੇ ਕਦੀ BP ਦੀ ਖਾਰੀ ਕਦੀ ਕੋਈ ਖਾਰੀ ਉਹਨਾਂ ਚੰਗਾ ਹੁਣ ਹੀ ਮਾੜੀ ਮਾੜੀ ਨਾਲ ਲੁੱਕ ਆਫਟਰ ਕਰੀ ਜਾਵੇ ਹੈ ਨਾ ਬੰਦਾ ਖਾਣਾ ਪੀਣਾ ਸਹੀ ਹੋਵੇ ਮਾੜਾ ਜੰਕ ਫੂਡ ਫਿਰ ਮਾੜਾ ਮੋਟਾ ਚੱਲ ਜ਼ਿਆਦਾ ਨਹੀਂ ਤਾਂ ਚੱਲ 20 ਮਿੰਟ ਐਕਸਰਸਾਈਜ਼ ਤਾਂ ਕਰੇ ਆਪਣੇ ਲਈ ਟਾਈਮ ਕੱਢਣਾ ਚਾਹੀਦਾ ਤਾਂ 20 ਮਿੰਟ ਤਾਂ ਇਹ ਗੁਰਦੁਆਰਾ ਸਾਹਿਬ ਹੈਗਾ ਆ ਨਾਨਕਸਰ 68 ਈਸ਼ਰ ਦਰਬਾਰ ਇਹਦਾ ਨਾਮ ਆ ਬਿਲਕੁਲ ਰੋਡ ਦੇ ਓਪੋਜ਼ਿਟ ਸਾਈਡ ਯਾਰ ਉਹ ਇੱਧਰ ਗੱਡੀਆਂ ਜਾ ਰਹੀਆਂ ਨਾਲੇ ਦੁਆਲੇ ਗ੍ਰੇਟ ਸਾਊਥ ਰੋਡ ਕਹਿੰਦੇ ਇਹਨੂੰ ਇਹ ਪੈ ਜਾਂਦਾ ਮਨਰੇਵੇ ਦੇ ਵਿੱਚ ਗੋਰਿਆਂ ਦੇ ਲਈ ਹੈਗਾ ਇਹ ਮੈਨਿਊਰੇਵਾ ਆਪਣੇ ਲਈ ਹੈਗਾ ਪੰਜਾਬੀਆਂ ਲਈ ਮਨਰੇਵਾ ਉਹ ਸਾਹਮਣੇ ਲੰਗਰ ਹਾਲ ਇੱਧਰ ਜੁੱਤੀ ਲਾ ਕੇ ਆਪਾਂ ਤਾਂ ਉੱਪਰ ਮੱਥਾ ਟੇਕ ਕੇ ਆਉਂਦੇ ਫਿਰ ਨਿਸ਼ਾਨੀ ਮੈਂ ਇੱਥੇ ਦਾਲ ਪਾਈ ਸੈਂਟਰ ਵਾਲੇ ਚ ਤੂੰ ਮੈਂ ਦੇਖਿਆ